ओ फुला बिचो फुल निक फुल तोरी दा आशक तेरा अमली स्कूटर चोरी दा। इंस्टाग्राम ते चारों पासे बस आही गाना बज रहा रीलां दे उत्ते कि फुला बिचो फुल निक फुल तोरी दा आशक तेरा अमली स्कूटर चोरी दा ते बब्बू मान साहब दा कट्टो कट्ट 10 या 8 साल पुराना यह गाना जेड़ा गाना 2022 दे विच फुल गा पा रहा है। यह पावर है बब्बू मान दे लिखे हुए गाणियां दी। कई लोग यार बब्बू मान नूं माड़ा चंगा कहंदे रहिंदे आ वी उन्हां नूं कौन सुणदा, पुराना हो गया, बुढ़ा हो गया, अज दे जमाने च कौन सुणदा। फिर बई अज तक किसी सिंगर दे इन्हां गाणियां च दम नहीं हुंदा वी 8 तों 10 साल बाद जिहदा गाना वजे। चारे पासे इंस्टाग्राम रील ते वज रहे सो मैं सोचा वी इह गाणा करी सुनना जरूर आ, रिएक्शन जरूर करनी है। मैं काफी सर्च कीती इस गाने बारे, मैनूं ऑफिशियली तां मिलिया नहीं बट इक लाइव शो दे विच मान साहब ने गाया सीगा। ਉਹ ਸੁਣਦੇ ਆ ਕਿ ਫੁੱਲਾਂ ਵਿੱਚੋਂ ਫੁੱਲ ਨਹੀਂ ਇੱਕ ਫੁੱਲ ਅਮਲੀ ਡਾਈਟ ਸਕੂਟਰ ਚੋਰੀ ਦਾ ਵਾ ਟੂ ਵਾ ਚੈਕ। ਇਹਦੇ ਲਾਈਵ ਸ਼ੋਅ 'ਚ ਜਿਹੜੀ એનર્ਜੀ ਹੁੰਦੀ ਆ ਜਾਂ ਜੋ ਇਹ ਵੈਲਿਊ ਪ੍ਰੋਵਾਈਡ ਕਰਾ ਰਿਹਾ ਨਾ ਪੰਜਾਬੀ ਇੰਡਸਟਰੀ 'ਚੋਂ, ਬਹੁਤਿਆਂ ਨੂੰ ਪਤਾ ਨਹੀਂ ਜਿੱਦਾਂ ਕਹਿੰਦੇ ਆ ਨਾ ਵੀ ਹੀਰੇ ਦੀ ਪਛਾਣ ਚੋਰੀ ਵੀ ਹੁੰਦੀ ਆ, ਉਦਾਂ ਜਿਹੜੇ ਇਹਦੇ ਫੈਨ ਆ ਉਹ ਸਮਝਦੇ ਆ ਕਿ ਬੱਬੂ ਮਾਨ ਕਿਹੜੇ ਗਾਣੇ ਗਾਉਂਦਾ ਜਾਂ ਕੀ ਉਹਦਾ ਫੀਲ ਆ। ਬਹੁਤ એનર્ਜੀ क्या बात है यार, क्या बात है, क्या फील है यार इस गाने दे विच। ते किन्ने रिलेटेबल लिरिक्स आखी फुल्लां विचों फुल नहीं इक फुल तोरी दा। तुहानूं पता होना जिहड़े पिंडां च रहिंदे आ जिन्हां ने कदे तोरी या कद्दू गाए आ, तोरी ते है ना चिट्टे फुल लगदे आ ते कद्दू दी वेल ते पीले फुल लगे हुंदे आ, आई थिंक सो पीले लगे हुंदे आ। एंड ਕਿੰਨਾ ਰਿਲੇਟੇਬਲ ਜਿਹਾ ਲਿਰਿਕਸ ਲਿਖਿਆ ਕਿ ਫੁੱਲਾਂ ਵਿੱਚੋਂ ਫੁੱਲ ਨੇ ਇੱਕ ਫੁੱਲ ਤੋਰੀ ਦਾ, ਆਸ਼ਕ ਤੇਰਾ ਅਮਲੀ ਸਕੂਟਰ ਚੋਰੀ ਦਾ। ਬਾਕੀ ਸਕੂਟਰ ਨੂੰ ਯਾਰ ਬਾਈ ਕੋਲ ਸੱਚੀ ਵੀ ਸਕੂਟਰ ਹੈਗਾ ਤੇ ਸਕੂਟਰ ਜਿਹੜੇ ਪਹਿਲਾਂ ਵਾਲੇ ਸਮੇਂ ਜਾਣਾ ਜੋ 2005-06 ਉਸ ਟਾਈਮ 'ਚ ਸਕੂਟਰਾਂ ਦਾ ਪੂਰਾ ਕਰੇਜ਼ ਸੀਗਾ ਪੰਜਾਬ ਦੇ ਵਿੱਚ, ਉਹ ਬੰਦੇ ਰਿਲੇਟ ਕਰ ਪਾਉਣਗੇ ਇਸ ਗਾਣੇ ਨਾਲ ਕਿ ਯਾਰ ਸਕੂਟਰ ਲਈ ਵੀ ਇੱਕ ਫੀਲਿੰਗ ਐਕਸਪ੍ਰੈਸ ਕੀਤੀ ਆ ਕਿ ਆਸ਼ਕ ਤੇਰਾ ਅਮਲੀ ਆ ਸਾਡੇ ਕੋਲ ਸਕੂਟਰ ਵੀ ਆ ਇੱਕ, ਉਹ ਵੀ ਚੋਰੀ ਦਾ। म्यूजिक का शोर ज्यादा आ रहा, समझ नहीं आ रही, क्राउड देख लो यार उन्होंने टाइम च खाते खाली करे पाया भेद बिल बटोरी पाया पाया भेद बिल बटोरी क्या बात है, तन तन करा रखी है यार। ये सर्जिकल इंस्ट्रूमेंट ना जेडे लाइव शो च बजदे आ यार, फील रिएक्शन वीडियो लेके पक्का करी जरूर सुनूंगा। एंड करिए गल इस गाने बारे यार, नो वर्ड यार, ये गाने एंटरटेनिंग गाने होंगे। लोग बब्बू मान साहब नूं बब्बू मान दे कई उदां दे गाने करके जज करदे आ जिहड़े गाने ਲੋਕਾਂ ਲਈ ਗਾਏ ਗਏ ਸੀਗੇ, ਜਿਹੜੇ ਗਾਣੇ ਸਮਾਂ ਮੰਗ ਕਰ ਰਹੇ ਸੀ ਉਦਾਂ ਦੇ ਗਾਣੇ ਸੀ ਹੈ ਨਾ, ਜਿੱਦਾਂ ਕਿ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ, ਹੋਰ ਵੀ ਹੈ ਨਾ ਕਿੰਨੇ ਗਾਣੇ ਆ ਨਾ ਕਈ ਵਿੱਚ ਲਾਈਨਾਂ ਦੇ ਕਰਕੇ ਜਿਹੜੇ ਕਮਾਦ ਵਾਲੀ ਲਾਈਨ ਸੀ ਉਹਦੇ ਕਰਕੇ ਜੱਜ ਕਰਦੇ ਆ, ਬਟ ਉਹਦੀ ਪਿਓਰਿਟੀ ਨਹੀਂ ਸੁਣਦੇ ਉਹਦੇ ਚੰਗੇ ਗਾਣੇ ਲਿਟਰਲੀ। ਜਿੰਨੇ ਬੱਬੂ ਮਾਨ ਨੂੰ ਹੇਟ ਕਰਦੇ ਆ, ਇੱਕ ਵਾਰੀ ਅੜਬ ਪੰਜਾਬੀ ਬਾਈ ਦੀ ਐਲਬਮ ਆ, ਅੜਬ ਪੰਜਾਬੀ ਗਾਣੇ ਸੁਣ ਲਓ ਪਹਿਲਾਂ ਤੁਸੀਂ, ਜਿਹੜਾ 20-22 ਮਿੰਟ ਦਾ ਅੜਬ ਪੰਜਾਬੀ ਪਾਰਟ 2 ਆ, ਤੁਸੀਂ ਕਹੋਗੇ ਕਿ ਹਾਂ ਵਾਕਈ ਇਹ ਬੰਦਾ ਕੁਛ ਪੰਜਾਬ ਲਈ ਗਾਉਂਦਾ ਜਾਂ ਵਾਕਈ ਇਹ ਬੰਦਾ ਕੁਛ ਚੱਜ ਦਾ ਗਾਉਂਦਾ।
ਬਾਕੀ ਨੋ ਹੇਟ ਫੋਰ ਅਦਰਸ ਸਾਰਿਆਂ ਨੂੰ ਪਿਆਰ ਆ ਐਂਡ ਮਾਨ ਸਾਹਿਬ ਲੈਜੈਂਡਰੀ ਸਿੰਗਰ ਆ ਫੋਰ ਸ਼ੋਰ ਇਹਨਾਂ ਦੀ ਦਿਲੋਂ ਰਿਸਪੈਕਟ ਬਣ ਗਿਆ ਅੜਬ ਪੰਜਾਬੀ ਇੱਕ ਇੱਦਾਂ ਦਾ ਗਾਣਾ ਨਾ ਉਹ ਸੁਣਨ ਤੋਂ ਬਾਅਦ ਮੇਰੇ ਦਿਲ 'ਚ ਅਲੱਗ ਹੀ ਜਗ੍ਹਾ ਬਣਾ ਲਈ ਇਸ ਬੰਦੇ ਨੇ ਬਾਕੀ ਇੱਦਾਂ ਹੀ ਬੱਬੂ ਮਾਨ ਦੇ ਗਾਣੇ 'ਤੇ ਰਿਐਕਸ਼ਨ ਲੈ ਕੇ ਆਉਂਦਾ ਰਹੂੰਗਾ ਜੇ ਮਾਨ ਸਾਹਿਬ ਦੇ ਫੈਨ ਹੋ ਸਬਸਕ੍ਰਾਈਬ ਕਰ ਲਓ ਇੰਸਟਾਗ੍ਰਾਮ 'ਤੇ ਫੋਲੋ ਕਰਨਾ ਚਾਹ ਰਹੇ ਹੋ ਬਾਕੀ ਜੇ ਫੁੱਲ ਗਾਣਾ ਮਿਲ ਗਿਆ ਤਾਂ ਮੈਨੂੰ ਇੰਸਟਾਗ੍ਰਾਮ 'ਤੇ ਭੇਜ ਦਿਓ।